ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਡੀ ਨਿਊਜ਼ ਪੰਜਾਬ ਚੈਨਲ ਅਤੇ ਆਪਾਂ ਹਰ ਹਫ਼ਤੇ ਦੀ ਤਰ੍ਹਾਂ ਲੈ ਕੇ ਪ੍ਰੋਗਰਾਮ ਹਾਜ਼ਰ ਹਾਂ ਪੱਖ ਦੇ ਮਸਲਿਆਂ 'ਤੇ ਵਿਚਾਰ ਚਰਚਾ। ਆਪਾਂ ਕੁਝ ਪਿਛਲੇ ਸਮੇਂ ਜੋ ਘਟਨਾਵਾਂ ਵਾਪਰੀਆਂ ਜਾਂ ਜੋ ਖਬਰਾਂ ਆਈਆਂ ਉਹਦੇ ਸੰਬੰਧ 'ਚ ਗੱਲਬਾਤ ਕਰਾਂਗੇ। ਜਸਕਰਨ ਸਿੰਘ ਸਿਵੀਆਂ ਜੀ ਦਾ ਪਹਿਲਾਂ ਆਪਾਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ ਅਤੇ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਗੱਲਬਾਤ ਕਰਾਂਗੇ। ਸਿਵੀਆਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਗੱਲ ਸ਼ੁਰੂ ਆਪਾਂ ਇੱਥੋਂ ਕਰਦੇ ਹਾਂ ਵੀ ਬਜਟ ਮੋਦੀ ਸਰਕਾਰ ਦਾ ਦੂਸਰੀ ਵਾਰ ਰਿਪੀਟ ਹੋਈ ਹੈ ਉਹਦਾ ਆਇਆ ਅਤੇ ਕੁਝ ਖਾਸ ਨਹੀਂ ਨਜ਼ਰ ਆਇਆ। ਮਤਲਬ ਉਹਦੇ ਵਿੱਚ ਵੀ ਕੋਈ ਪੰਜਾਬ ਨੂੰ ਦਿੱਤਾ ਹੋਵੇ ਜਾਂ ਦੇਸ਼ ਵਾਸਤੇ ਵੀ, ਮੰਨ ਲਓ ਆਲ ਓਵਰ ਆਪਾਂ ਦੇਖੀਏ ਅਤੇ ਸਾਰੀਆਂ ਪਾਰਟੀਆਂ ਵੀ ਆਮ ਲੋਕਾਂ ਵਾਸਤੇ ਕੋਈ ਰਾਇਤ ਨਹੀਂ ਹੈਗਾ, ਪਾਰਟੀਆਂ ਵੀ ਜਿਵੇਂ ਵਿਰੋਧ ਕਰ ਰਹੀਆਂ ਵੀ ਕੋਈ ਖਾਸ ਨਹੀਂ ਨਿਕਲਿਆ ਇਹਦੇ ਵਿੱਚੋਂ। ਅਸਲ 'ਚ ਇਸ ਬਜਟ ਦੀ ਇੱਕ ਅਹਿਮੀਅਤ ਸੀ ਕਿਉਂਕਿ ਲੋਕਾਂ ਦੀ ਨਿਗਾਹ ਸੀ ਵੀ ਕੋਈ ਦੇਸ਼ ਦੇ ਸੰਵਿਧਾਨ 'ਚ 70 ਸਾਲਾਂ ਦੇ ਵਿੱਚ ਕੋਈ ਪਹਿਲੀ ਬੀਬੀ ਬਜਟ ਪੇਸ਼ ਕਰ ਰਹੀ ਸੀ। ਲੋਕਾਂ ਦੀਆਂ ਨਿਗ੍ਹਾਂ ਇਸ ਗੱਲ 'ਤੇ ਲੱਗੀਆਂ ਹੋਈਆਂ ਸੀ ਇਸ ਬੀਬੀ ਮੰਤਰੀ ਵੱਲੋਂ ਕਿਹੋ ਜਿਹਾ ਬਜਟ ਪੇਸ਼ ਕੀਤਾ ਜਾ ਰਿਹਾ ਅਤੇ ਉਸ 'ਤੇ ਜਦੋਂ ਬਜਟ ਪੇਸ਼ ਹੋਇਆ ਅਤੇ ਇੱਕ ਆਪਣੇ ਦੇਸ਼ ਦੀ ਰੀਤ ਹੈ ਉਸ ਬਜਟ 'ਤੇ ਨਜ਼ਰਸ਼ਾਨੀ ਨਾ ਹੋ ਕੇ ਜਿਹੜੀਆਂ ਪਾਰਟੀਆਂ ਰੂਲਿੰਗ ਪਾਰਟੀ ਦੇ ਨਾਲ ਜੁੜੀਆਂ ਹੁੰਦੀਆਂ ਉਹਨਾਂ ਨੇ ਬਜਟ ਦੀ ਸ਼ਲਾਘਾ ਕਰਨੀ ਹੁੰਦੀ ਹੈ, ਉਹਨਾਂ ਦੀ ਰੀਤ ਹੈ, ਉਹਨਾਂ ਨੇ ਕੁਛ ਨਹੀਂ ਵੇਖਣਾ ਹੁੰਦਾ, ਅੱਖਾਂ ਮੀਚ ਕੇ ਉਹਨਾਂ ਨੇ ਕਹੀ ਜਾਣਾ ਹੁੰਦਾ ਬੜਾ ਚੰਗਾ ਹੈ ਬੜਾ ਚੰਗਾ। ਦੂਸਰਾ ਪੱਖ ਇਹਦਾ ਇਹ ਹੈ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਉਹਨਾਂ ਨੇ ਕਿਹੋ ਜਿਹਾ ਬਜਟ ਹੋਵੇ ਅਤੇ ਉਹ ਉਹਦੀ ਵਿਰੋਧ ਤਾਂ ਕਰਨੀ ਹੁੰਦੀ ਹੈ ਜੀ। ਪਰ ਜਿੱਥੋਂ ਤੱਕ ਇਹ ਬਜਟ ਹੈ, ਇਸ ਬਜਟ ਦੇ ਵਿੱਚ ਭਾਸ਼ਣ ਭਾਵੇਂ ਬਹੁਤ ਲੰਮਾ ਚੌੜਾ ਸੀ ਪਰ ਕੋਈ ਇਸ ਬਜਟ ਨੂੰ ਅਸਾਰੂ ਬਜਟ ਨਹੀਂ ਕਿਹਾ ਜਾ ਸਕਦਾ ਜੀ। ਇੱਕ ਤਾਂ ਇਸ ਬਜਟ ਦੇ ਵਿੱਚ ਜਿਹਦੀ ਲੋਕਾਂ ਦੀ ਅਸਲ ਕਾਰਨਦਾਰ ਜੁੜਿਆ ਹੋਇਆ, ਖੇਤੀਬਾੜੀ ਉਸ 'ਤੇ ਨਿਰਭਰ ਹੈ, ਆਮ ਲੋਕ ਨਿਰਭਰ ਹੈ, ਤੇਲ ਦੀਆਂ ਕੀਮਤਾਂ, ਉਹ ਤੇਲ ਦੀਆਂ ਕੀਮਤਾਂ ਨੂੰ ਵਧਾ ਦਿੱਤਾ ਗਿਆ 2 ਰੁਪਈਏ ਜੀ, ਤੇਲ ਵਧਿਆ, ਪੈਟਰੋਲ ਵੀ ਡੀਜ਼ਲ ਵੀ, ਇਹ ਲੋਕਾਂ 'ਤੇ ਬਹੁਤ ਵੱਡਾ ਆਰਥਿਕ ਬੋਝ ਹੈ ਇਸ ਜਿਹੜੀ ਉਹਦੀ ਪਹਿਲੂ ਹੈ ਬਜਟ ਦੀ। ਦੂਸਰਾ ਵਿਕਾਸ ਦਰ ਹੈ ਜਿਹੜੀ ਉਹਦਾ ਕਿਤੇ ਜ਼ਿਕਰ ਨਹੀਂ ਬਜਟ ਦੇ ਵਿੱਚ। ਤੀਸਰਾ ਬਹੁਤ ਸਾਰੀਆਂ ਜਿਹੜੀਆਂ ਲੋੜ ਸੀ ਘਰੇਲੂ ਵਸਤਾਂ ਰਸੋਈ ਦੀਆਂ ਉਹਨਾਂ ਦੀ ਕਿਤੇ ਰਾਹਤ ਨਹੀਂ ਦਿੱਤੀ ਗਈ ਵੀ ਉੱਥੋਂ ਜਿਹੜੀ ਮਹਿੰਗਾਈ ਘਟੇ ਰਸੋਈ ਦੀਆਂ ਜਿਹੜੀਆਂ ਵਸਤਾਂ ਹੈ। ਆਮ ਜੇ ਵੇਖਿਆ ਜਾਵੇ ਤਾਂ ਬਜਟ ਦੇ ਵਿੱਚ ਵੱਡੇ ਘਰਾਣਿਆਂ ਦੀ ਨੂੰ ਬਜਟ ਹੈ ਜਿਹੜਾ ਸਪੋਰਟ ਕਰਦਾ ਦਿਸਦਾ। ਹੋਰ ਮੈਨੂੰ ਇਸ ਬਜਟ ਦੇ ਵਿੱਚ ਕੋਈ ਬਹੁਤਾ ਨਹੀਂ ਲੱਗਿਆ, ਰਵਾਇਤੀ ਬਜਟ ਹੈ ਉਹ ਸਰਕਾਰਾਂ ਨੇ ਪੇਸ਼ ਕਰਨਾ ਹੀ ਹੁੰਦਾ, ਕਿੰਨੇ ਪੈਸੇ ਕਿਸ ਵਾਸਤੇ ਲੱਗੀਆਂ, ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ, ਕਿਹੜੀਆਂ ਸਸਤੀਆਂ ਹੋਈਆਂ, ਜਿਨ੍ਹਾਂ ਚੀਜ਼ਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਲੋੜ ਹੈ ਉਹ ਮਹਿੰਗੀਆਂ ਹੋਈਆਂ, ਅਤੇ ਕੁਛ ਚੀਜ਼ਾਂ ਜਿਨ੍ਹਾਂ ਦੀ ਆਮ ਜਨਤਾ ਨੂੰ ਲੋੜ ਨਹੀਂ, ਕੁਛ ਕੁ ਲੋਕ ਉਹਦੇ ਨਾਲ ਜੁੜੇ ਹੋਏ ਹੈ, ਉਹ ਸਸਤੀਆਂ ਹੋਈਆਂ। ਬਾਕੀ ਪੰਜਾਬ ਵਾਸਤੇ
ਕੋਈ, ਕਿਉਂਕਿ ਇਹ ਸਰਹੱਦੀ ਸੂਬੇ ਹੈ, ਇਹਨਾਂ ਵਾਸਤੇ ਵਿਸ਼ੇਸ਼ ਕੋਈ ਨਾ ਕੋਈ ਬਜਟ ਦੇ ਵਿੱਚ ਰੱਖਣਾ ਚਾਹੀਦਾ ਸੀ। ਕੁਛ ਵੀ ਰਾਇਤ ਆ ਜਿਹੜੀ ਉਹ ਬਜਟ 'ਚ ਰੱਖੀ ਨਹੀਂ ਗਈ ਜੀ। ਇਸ ਕਰਕੇ ਆਮ ਬਜਟ ਹੈ ਇਹ, ਕੋਈ ਬੜਾ ਬਜਟ ਨੂੰ ਜੇ ਖੋ ਵੇਖਿਆ ਜਾਵੇ ਵਾਚਿਆ ਜਾਵੇ ਤਾਂ ਇਹ ਕਰਵਾਇਤੀ ਬਜਟ ਹੀ ਹੈ। ਆਮ ਬਜਟ ਵਾਲੀ ਕੋਈ ਮੈਂ ਨਹੀਂ ਕਹਿ ਸਕਦਾ ਕੋਈ ਬਹੁਤਾ ਚੰਗਾ ਜਾਂ ਇਹਦੇ ਤੋਂ ਕੋਈ ਚੰਗੇ ਅਸਾਰੂ ਹੈ ਜਿਹੜੇ ਉਹ ਕੋਈ ਰਿਜ਼ਲਟ ਨਿਕਲਣ ਵਾਲੇ ਹੈ, ਇਹਨੂੰ ਆਮ ਬਜਟ ਦੀ ਨਿਗਾਹ ਨਾਲ ਵੇਖਿਆ ਜਾ ਸਕਦਾ। ਅਸੀਂ ਵੀ ਦਰਸ਼ਕਾਂ ਨੂੰ ਕੁਛ ਚੀਜ਼ਾਂ ਸਿਵੀਆਂ ਸਾਹਿਬ ਦੇ ਨਾਲ ਨਾਲ ਇਨਕਲੂਡ ਕਰਾਂਗੇ, ਜਿਵੇਂ ਇਸ ਬਜਟ 'ਚ ਵਿੱਚ ਮਨਰੇਗਾ ਸਕੀਮ ਦਾ ਜਿਹੜਾ ਪੈਸਾ ਪਿਛਲੇ ਸਾਲ ਨਾਲੋਂ ਘਟਿਆ, ਵਾਤਾਵਰਨ ਸੰਬੰਧੀ ਜਿਹੜੀ ਸਾਂਭ ਸੰਭਾਲ ਲਈ ਕੋਈ ਪੈਸਾ ਨਹੀਂ ਜਾਰੀ ਹੋਇਆ, ਬੇਰੁਜ਼ਗਾਰੀ ਜਿਵੇਂ ਮੋਦੀ ਸਰਕਾਰ ਕਹਿੰਦੀ ਸੀ ਵੀ ਅਸੀਂ ਘਟਾਵਾਂਗੇ, ਪਿਛਲੇ ਸਾਲ ਵੀ ਇਹਨਾਂ ਨੇ ਪਲਾਨ 'ਚ 2 ਕਰੋੜ ਦਾ ਦਾਅਵਾ ਕੀਤਾ ਸੀ, ਉਹ 2 ਕਰੋੜ ਵੀ ਨਹੀਂ ਮਿਲੀਆਂ ਅਤੇ ਇਸ ਵਾਰੀ ਵੀ ਬੇਰੁਜ਼ਗਾਰੀ 'ਤੇ ਕੋਈ ਗੱਲ ਨਹੀਂ ਹੋਈ। ਅਤੇ ਕੰਪਨੀਆਂ ਜਿਹੜੀਆਂ ਵੱਡੀਆਂ ਸੀਗੀਆਂ 400 ਕਰੋੜ ਟਰਨਓਵਰ ਵਾਲੀਆਂ, ਉਹਨਾਂ ਨੂੰ ਵੀ 30% ਲੱਗਦਾ ਸੀਗਾ ਟੈਕਸ, ਉਹ ਘਟਾ ਕੇ 25% ਕਰਤਾ, 5% ਉਹਨਾਂ ਨੂੰ ਰਾਹ ਦੇ ਤੀ। ਏਅਰਲਾਈਨਸ ਹੈ ਜਿਵੇਂ ਉਹਨਾਂ ਨੂੰ ਜਿਹੜੀਆਂ ਬਾਹਰ ਦੀਆਂ ਕੰਪਨੀਆਂ ਉਹਨਾਂ ਨੂੰ ਬੜਾਵਾ ਦਿੱਤਾ ਵੀ ਇੱਥੇ ਆਓ ਅਤੇ ਮੰਨ ਲਓ ਆਪਦਾ ਜਿਹੜਾ ਕੰਮ ਕਰੋ, ਜਦੋਂ ਕਿ ਆਪਦੀਆਂ ਸਰਕਾਰੀ ਕੰਪਨੀਆਂ ਨੂੰ ਖਤਮ ਕਰਤਾ ਲਗਭਗ। ਸਿਹਤ ਸਹੂਲਤਾਂ ਬਾਰੇ ਜਿਹੜੀ ਬਹੁਤੀ ਬਜਟ ਨਹੀਂ ਪਾਸ ਹੋਇਆ, ਹਸਪਤਾਲਾਂ ਦਾ ਜਿਵੇਂ ਬੁਰਾ ਹਾਲ ਹੈ। ਉਹ ਤਾਂ ਸੁਰਿੰਦਰ ਜੀ ਮੈਂ ਪਹਿਲਾਂ ਸਾਰਾ ਬਜਟ ਦਾ ਸਾਨੂੰ ਲੇਖਾ ਜੋਖਾ ਕਰਤਾ, ਵੀ ਆਮ ਬਜਟ ਹੈ ਇਹਦੇ ਵਿੱਚ ਕੋਈ ਬਹੁਤੀ ਖਾਸ ਗੱਲ ਨਹੀਂ ਹੈਗੀ। ਹਾਂਜੀ, ਤੇ ਤੁਸੀਂ ਚਲੋ ਐਕਸਪਲੇਨ ਕਰਿਆ ਹੋਰ ਵੱਖ ਗੱਲ ਹੈ। ਹਾਂਜੀ, ਪਰ ਹੈ ਨਹੀਂ ਕੁਛ ਬਜਟ। ਅਤੇ ਅਗਲੀ ਗੱਲ ਸਿਵੀਆਂ ਸਾਹਿਬ ਜਿਵੇਂ ਹੈਗੀ ਹੈ ਵੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਸਾਥੀਆਂ ਦੇ ਪੂਰੀ ਟੀਮ ਨੇ ਚੰਡੀਗੜ੍ਹ 'ਚ ਜਿਵੇਂ ਧਰਨਾ ਲਾਇਆ ਪਾਣੀਆਂ ਦੇ ਮੁੱਦੇ 'ਤੇ, ਵੀ ਜਿਹੜਾ ਰਾਜਸਥਾਨ ਨੂੰ ਪਾਣੀ ਜਾਂਦਾ ਹੈ ਉਸ ਦਾ ਜਿਹੜਾ ਜ਼ਿਆਦਾ ਪੈਸਾ ਵਸੂਲ ਕਰੋ ਜਾਂ ਬਿਲਕੁਲ ਹੁਣ ਬੰਦ ਕਰ ਦਿਓ, ਕੈਪਟਨ ਸਰਕਾਰ ਨੂੰ ਕਿਹਾ, ਪਰ ਉਹਨਾਂ ਦੀ ਕੋਈ ਗੱਲਬਾਤ ਨਹੀਂ ਸੁਣੀ ਗਈ। ਬੈਂਸ ਸਾਹਿਬ ਨੇ ਕਿਹਾ ਵੀ ਅਸੀਂ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਜਿਹੜੇ 3 ਮਹੀਨੇ ਹੈਗੇ ਆ ਲੋਕਾਂ ਨੂੰ ਲਾਮਬੰਦ ਕਰਾਂਗੇ ਅਤੇ ਵੱਡਾ ਐਕਸ਼ਨ ਕਰਾਂਗੇ। ਇਹ ਬਹੁਤ ਸ਼ਲਾਘਾਯੋਗ ਕੰਮ ਹੈ ਪੰਜਾਬ ਦੇ ਪੱਖ 'ਚ। ਜਦੋਂ ਤੋਂ ਹੀ ਪੰਜਾਬ ਦੇ ਪਾਣੀਆਂ ਨਾਲ ਧੱਕਾ ਹੋਣ ਲੱਗਿਆ ਜੀ, ਰਿਪੇਰੀਅਰ ਕਾਨੂੰਨ ਦੀ ਆਪਾਂ ਬਹੁਤ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ, ਇਹ ਪੰਜਾਬ ਦਾ ਪਾਣੀ ਲੁੱਟ ਕੇ ਅਲਜਾਇਆ ਗਿਆ। 1947 ਤੋਂ ਪਹਿਲਾਂ ਵੀ ਜਦੋਂ ਉਹ ਗੰਗ ਨਹਿਰ ਨਿਕਲੀ ਹੈ ਜੀ, ਉਹਦਾ ਬਕਾਇਦਾ ਰਾਜਸਥਾਨ ਆ ਜਿਹੜਾ ਉਹ ਪੰਜਾਬ ਸਰਕਾਰ ਨੂੰ ਪੈਸੇ ਅਦਾ ਕਰਦਾ ਰਿਹਾ ਉਹਦੀ ਕੀਮਤ। ਉਸ ਤੋਂ ਬਾਅਦ ਇਹਦੀ ਜਿਹੜੀ ਕੀਮਤ ਹੈ ਜਾਂ ਤਾਂ ਉਹ ਪੰਜਾਬ ਸਰਕਾਰ ਨੇ ਮੰਗੀ ਨਹੀਂ ਜਾਂ ਧਿੰਗੋ ਜੋਰੀ ਪਾਣੀ ਖੋਹ ਕੇ ਪੰਜਾਬ ਨੂੰ ਕੰਗਾਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਇਹ ਉਹਨਾਂ ਨੇ ਅੰਕੜੇ ਕੱਢ ਕੇ ਬੈਂਸ ਭਰਾਵਾਂ ਨੇ ਜਾਂ ਉਹਨਾਂ ਦੀ ਪਾਰਟੀ ਨੇ 16,00,001 ਕਰੋੜ ਇਹਦੀ ਕੀਮਤ ਉਹਨਾਂ ਨੇ ਬਣਾਈ ਹੈ ਵੀ ਵਸੂਲਣ ਵਾਲੀ ਰਾਜਸਥਾਨ ਤੋਂ ਬਣਦੀ ਹੈ। ਵੈਸੇ ਵੀ ਵੇਖਿਆ ਜਾਵੇ ਜੇ ਕੋਈ ਸਾਥੋਂ ਚੀਜ਼ ਖੋਹੀ ਹੈ ਉਹਦਾ ਮੁੱਲ ਤਾਂ ਦੇਣਾ ਬਣਦਾ ਹੈ। ਜਦੋਂ ਅਸੀਂ ਕੋਲੇ ਦੀ ਕੀਮਤ ਦੇ ਰਹੇ ਹਾਂ ਜਾਂ ਹੋਰ ਜਿਹੜੀਆਂ ਸਟੇਟਾਂ ਤੋਂ ਅਸੀਂ ਕੁਛ ਚੀਜ਼ ਲੈਂਦੇ ਹਾਂ ਉਹਨਾਂ ਦੀ ਕੀਮਤ ਦੇ ਰਹੇ ਹਾਂ, ਪੰਜਾਬ ਨੂੰ ਇਸ ਦੀ ਕੀਮਤ ਕਿਉਂ ਨਹੀਂ ਜੀ? ਹੁਣ ਇਹ ਮੰਗ ਬਹੁਤ ਵਧੀਆ ਹੈ ਅਤੇ ਦੇਸ਼ ਦੇ ਸੰਵਿਧਾਨ ਦੇ ਵਿੱਚ ਦੇ ਘੇਰੇ ਦੇ ਵਿੱਚ ਹੈ, ਰਿਪੇਰੀਅਨ ਕਾਨੂੰਨ ਦੇ ਘੇਰੇ ਦੇ ਵਿੱਚ ਹੈ। ਇਹ ਉਹਨਾਂ ਨੇ ਜਿਹੜਾ ਦਿੱਤਾ ਵੀ ਅਸੀਂ ਜੁਲਾਈ ਦੇ ਵਿੱਚ ਇੱਕ ਸੰਘਰਸ਼ ਕਰਾਂਗੇ, ਜੇ ਇਸ ਮੁੱਦੇ 'ਤੇ ਸੰਘਰਸ਼ ਹੁੰਦਾ ਤਾਂ ਇਹਨੂੰ ਕਾਫੀ ਵੱਡਾ ਬਲ ਮਿਲ ਸਕਦਾ, ਕਿਉਂਕਿ ਪੰਜਾਬ ਆ ਜਿਹੜਾ ਅੱਜ ਉਹ ਬੰਜਰ ਬਣਨ ਦੇ ਕਿਨਾਰੇ 'ਤੇ ਹੈ ਜਾਂ ਸਮਝ ਲਓ ਵੀ ਬੰਜਰ ਬਣਿਆ ਹੀ ਪਿਆ, ਅਤੇ ਇੱਥੇ ਇਹ ਪਾਣੀ ਨੂੰ ਰੋਕਣ ਦੀ ਬਜਾਏ
ਹੋਰ ਪਾਣੀਆਂ ਦੇ ਮੁੱਦੇ ਬਥੇਰੇ ਠਾਏ ਰਹੇ, ਜਲ ਸਰੋਤਾਂ ਦੇ ਹੈ ਵੀ ਤੁਸੀਂ ਕਾਰ ਨਾ ਧੋਵੋ, ਕੋਈ ਉਹ ਨਾ ਕਰੋ, ਇਹੋ ਜਿਹੀਆਂ ਗੱਲਾਂ ਤਾਂ ਕੀਤੀਆਂ ਰਹੀਆਂ, ਪਰ ਪਾਣੀ, ਪੰਜਾਬ ਦੇ ਪਾਣੀ ਨੂੰ ਰੋਕਣ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ। ਇਸ ਕਰਕੇ ਬੈਂਸ ਭਰਾਵਾਂ ਦਾ ਬਹੁਤ ਸ਼ਲਾਘਾ ਜੋ ਕੰਮ ਹੈ, ਇਹ ਪੰਜਾਬ ਨੂੰ ਬਚਾਉਣ ਵਾਲੀ ਗੱਲ ਹੋਵੇਗੀ ਅਤੇ ਉਹਨਾਂ ਨੂੰ ਇਹ ਸੰਘਰਸ਼ ਦੀ ਅਸੀਂ ਮੁਬਾਰਕਬਾਦ ਦਿੰਦੇ। ਸਿਮੀਆਂ ਸਾਹਿਬ, ਅਖੀਰ ਵਿੱਚ ਆਪਾਂ ਗੱਲ ਕੈਂਸਰ 'ਤੇ ਕਰਾਂਗੇ। ਜਿਵੇਂ ਮਤਲਬ ਕੈਂਸਰ ਦੀ ਬਿਮਾਰੀ ਨੇ ਪੂਰੀ ਆਪਦੀ ਚਪੇਟ 'ਚ ਲੋਕਾਂ ਨੂੰ ਲਿਆ ਹੋਇਆ, ਪਿੱਛੇ ਹੁਣ ਜਿਵੇਂ ਆਹ ਲੋਕ ਸਭਾ 'ਚ ਵੀ ਇੱਕ ਮੁੱਦਾ ਉੱਠਿਆ, ਇੱਕ ਮੰਤਰੀ ਨੇ ਕਿਹਾ ਵੀ ਪੈਸਟੀਸਾਈਡ ਨਾਲ ਹੋਇਆ, ਕੋਈ ਕਹਿੰਦਾ ਆਹ ਇਸ ਚੀਜ਼ ਨਾਲ ਕੈਂਸਰ ਹੋਇਆ, ਉਪਰਾਲੇ ਵੱਲ ਕੋਈ ਸਰਕਾਰ ਨੇ ਬਹੁਤਾ ਕਦਮ ਨਹੀਂ ਵਧਾਇਆ, ਕੀ ਕਾਰਨ ਮੰਨਦੇ ਹੋ ਕੈਂਸਰ ਹੋਣ ਦੇ, ਅਤੇ ਮੰਨ ਲਓ ਯੋਗ ਇਹਦੇ ਵਾਸਤੇ ਸਾਧਨ ਕਿਉਂ ਨਹੀਂ ਸਰਕਾਰ ਪੈਦਾ ਕਰ ਰਹੀ? ਅਸਲ ਕੈਂਸਰ ਹੈ ਜਿਹੜਾ ਉਹ ਕੋਈ ਬਹੁਤੀ ਸਰੀਰਕ ਬਿਮਾਰੀ ਨਹੀਂ, ਉਹ ਇੱਕ ਸੈੱਲਾਂ ਦਾ, ਜਿਹੜੇ ਤੁਹਾਡੇ ਸਰੀਰ ਦੇ ਸੈੱਲ ਨੇ ਉਹਨਾਂ ਦਾ ਟੁੱਟਣਾ ਭੱਜਣਾ। ਉਹ ਸੈੱਲ ਹੈ ਜਿਹੜੇ ਉਹ ਤੁਹਾਡੀ ਬੋਡੀ ਦੇ ਪੱਖ 'ਚ ਉਨ੍ਹਾਂ ਚਿਰ ਚੱਲਦੇ ਆ ਜਿੰਨਾ ਚਿਰ ਤੁਸੀਂ ਪਰਮਾਤਮਾ ਦੀ ਰਜ਼ਾ 'ਚੋਂ ਜੀ, ਕਿਉਂਕਿ ਸਰੀਰ ਪਰਮਾਤਮਾ ਨੇ ਬਣਾਇਆ, ਸੈੱਲ ਉਹਦੀ ਰਜ਼ਾ 'ਚ ਚੱਲਦੇ ਨੇ। ਜਦੋਂ ਤੁਸੀਂ ਕਿਤੇ ਕੁਦਰਤ ਦੀ ਵਿਰੋਧ ਤਾਂ ਕਰੋਗੇ, ਉਹ ਜਿਹੜੇ ਸੈੱਲ ਹੈ ਉਹ ਕੁਦਰਤ ਦੇ ਵਿਰੋਧ 'ਚ ਨਹੀਂ ਜਾਂਦੇ, ਕੁਦਰਤ ਦੇ ਪੱਖ 'ਚ ਖੜ੍ਹਦੇ ਆ ਅਤੇ ਉਹ ਇੱਕ ਆਪਦਾ ਰੂਪ ਹੈ ਜਿਹੜਾ ਉਹ ਅਖਤਿਆਰ ਕਰ ਲੈਂਦੇ ਆ, ਮਾੜਾ ਉਹਦੀ ਗਰੋਥ ਹੋਣ ਲੱਗ ਜਾਂਦੀ ਹੈ, ਉਸ ਗਰੋਥ ਦਾ ਨਾਂ ਕੈਂਸਰ ਹੈ। ਉਹਦੀ ਸਭ ਤੋਂ ਵੱਡਾ ਕਾਰਨ ਤਾਂ ਲੋਕਾਂ ਦਾ ਕੁਦਰਤ ਨਾਲੋਂ ਟੁੱਟ ਜਾਣਾ ਜੀ, ਕੁਦਰਤ ਦਾ ਵਿਰੋਧ। ਹੁਣ ਕੁਦਰਤ ਦੇ ਵਿਰੋਧ 'ਚ ਕੀ ਆ ਜਾਂਦਾ? ਵਾਤਾਵਰਨ ਅਸੀਂ ਵਿਗਾੜ ਲਿਆ, ਸਾਰੇ ਦਰੱਖਤ ਆ ਜਿਹੜੇ ਉਹ ਅਸੀਂ ਕੱਟ ਤੇ, ਉਹਨੇ ਸਾਹ ਲੈਣ ਨੂੰ ਸਾਡੇ ਕੋਲ ਉਨੀ ਆਕਸੀਜਨ ਹੀ ਹੈਣੀ। ਹੋਰ ਜਿਵੇਂ ਪਾਣੀ ਹੈ, ਅਸੀਂ ਪਾਣੀਆਂ ਨੂੰ ਇੰਨਾ ਗੰਧਲਾ ਕਰਤਾ, ਉਹਦੇ ਵਿੱਚ ਵੱਖ ਵੱਖ ਅਖਬਾਰਾਂ ਜਾਂ ਉਹ ਜਿਵੇਂ ਬੁੱਢੇ ਨਾਲੇ ਦਾ ਪਾਣੀ ਨਹਿਰਾਂ 'ਚ ਸਿੱਟਿਆ ਜਾ ਰਿਹਾ, ਲੋਕ ਨਹਿਰਾਂ ਦਾ ਪਾਣੀ ਪੀ ਰਹੇ ਹੈ, ਧਰਤੀ ਦੀ ਥੱਲਾ ਪਾਣੀ ਹੈ ਜਿਹੜਾ ਜੀ। ਕਈ ਹੁਣ ਏਜੰਸੀਆਂ ਇਹ ਕਹਿ ਰਹੀਆਂ ਵੀ ਪੈਸਟੀਸਾਈਡ ਅਤੇ ਜਿਹੜੀ ਫਰਟੀਲਾਈਜ਼ਰ ਹੈ ਇਹਦੇ ਨਾਲ ਉਹਦਾ ਧਰਤੀ ਦਾ ਪਾਣੀ ਹੈ ਜਿਹੜਾ ਉਹ ਖਰਾਬ ਹੋ ਗਿਆ। ਹੁਣ ਇੱਕ ਰਿਪੋਰਟ ਸੈਂਟਰ ਕਨੀਆਂ ਹੋਰ ਆਈ ਹੈ, ਉਹ ਕਹਿੰਦੇ ਪੈਸਟੀਸਾਈਡ ਨਾਲ ਇਹਦਾ ਕੋਈ ਅਸਰ ਨਹੀਂ ਕੈਂਸਰ ਦਾ, ਪਰ ਕੈਂਸਰ ਦਾ ਪਸਾਰਾ ਬਹੁਤ ਹੈ ਮਾਲਵੇ ਦੇ ਵਿੱਚ, ਖਾਸ ਕਰਕੇ ਉਸ ਏਰੀਏ ਦੇ ਵਿੱਚ ਜਿੱਥੇ ਰਾਜਸ ਨਾਲ ਕਨਾਲ ਦਾ ਲੋਕ ਡਾਇਰੈਕਟ ਪਾਣੀ ਪੀਂਦੇ ਆ ਜੀ। ਹਰੀ ਕੇ ਪੱਤਣ ਤੋਂ ਲੈ ਕੇ ਗੰਗਾਨਗਰ ਤੱਕ ਰਾਜਸਥਾਨ 'ਚ ਵੀ ਕਾਫੀ ਵੱਡੀ ਪੱਧਰ 'ਤੇ ਕੈਂਸਰ ਆ ਜਿਹੜਾ ਉਹ ਫੈਲ ਰਿਹਾ ਜੀ। ਇਹਦੇ ਕਾਰਨ ਇਹੀ ਹੋ ਸਕਦੇ ਆ, ਮਨੁੱਖ ਦੀ ਵਿਗੜੀ ਹੋਈ ਸ਼ੈਲੀ, ਵਾਤਾਵਰਨ ਨੂੰ ਗੰਧਲਾ ਕਰ ਦੇਣਾ, ਪਾਣੀ ਖਰਾਬ ਕਰ ਦੇਣਾ। ਜਦੋਂ ਪਾਣੀ ਖਰਾਬ ਪੀਵਾਂਗੇ ਸੈੱਲਾਂ ਨੇ ਆਪਦਾ ਰੂਪ ਅਖਤਿਆਰ ਆ ਜਿਹੜਾ ਉਹ ਮਾੜਾ ਹੀ ਕਰਨਾ ਹੈ। ਅਤੇ ਕੈਂਸਰ ਵਾਸਤੇ ਇੱਕ ਬਜਟ ਦੇ ਵਿੱਚ ਵੀ ਬਹੁਤ ਵੱਡਾ ਇਸ ਬਿਮਾਰੀਆਂ ਵਾਸਤੇ ਪੈਸਾ ਰੱਖਿਆ ਜਾਣਾ ਚਾਹੀਦਾ ਸੀ, ਕਿਉਂਕਿ ਆਪਾਂ ਬਜਟ ਦੀ ਗੱਲ ਕੀਤੀ ਹੈ ਜੀ, ਉਹ ਸਿਹਤ ਸਹੂਲਤਾਂ ਵਾਸਤੇ ਕੋਈ ਬਹੁਤਾ ਉੱਥੇ ਬਜਟ 'ਚ ਪੈਸਾ ਰੱਖਿਆ ਨਹੀਂ ਗਿਆ ਜੀ। ਅਤੇ ਕੈਂਸਰ ਵਾਸਤੇ ਇਹੋ ਜਿਹੀਆਂ ਬਿਮਾਰੀਆਂ ਵਾਸਤੇ ਜਿਹੜੀਆਂ ਭਿਆਨਕ ਬਿਮਾਰੀਆਂ, ਅਤੇ ਉਹਨਾਂ ਵਾਸਤੇ ਸਰਕਾਰਾਂ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ। ਹੁਣ ਤਾਂ ਨਿੱਕੇ ਨਿੱਕੇ ਬੱਚਿਆਂ ਨੂੰ ਕੈਂਸਰ ਹੋਣ ਲੱਗ ਗਿਆ ਜੀ, ਜੇ ਇਹ ਗੱਲ ਚੱਲਦੀ ਰਹੀ ਤਾਂ ਇਹ ਜਿਹੜੀ ਨਾ ਮੁਰਾਦ ਬਿਮਾਰੀ ਹੈ ਆਪਦੇ ਪੈਰ ਅਸੇਰੇ ਬਹੁਤ ਛੇਤੀ ਲੰਮੇ ਤੌਰ 'ਤੇ ਪਸਾਰ ਲੂਗੀ, ਜਿਹ ਤੋਂ ਬਚਣਾ ਸਾਨੂੰ ਔਖਾ ਹੋ ਜੂਗਾ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ, ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।